ਸਤਿ ਸ਼੍ਰੀ ਅਕਾਲ ਜੀ, ਨਿਊ ਹੋਮ ਐਪੀਸੋਡ 103 ਐਪੀਸੋਡ ਦੇ ਵਿੱਚ ਤੁਹਾਡਾ ਵੈਲਕਮ ਜੀ। ਅਤੇ ਮੀਂਹ ਬਹੁਤ ਆ ਗਿਆ ਅਤੇ ਬੰਦੇ ਆਪਣੇ ਕੰਮ ਤੋਂ ਬਹਿ ਗਏ ਅੱਜ। ਪਹਿਲਾਂ ਤਾਂ ਅੱਜ ਠੇਕੇਦਾਰ ਸਾਹਿਬ ਆਏ ਨਹੀਂ, ਬਿੱਟੂ ਬਾਈ ਵਰਗੇ, ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਪ੍ਰੋਬਲਮ ਸੀਗੀ, ਬੁਖਾਰ ਸੀ ਉਹਨਾਂ ਨੂੰ, ਤਾਂ ਕਰਕੇ ਉਹ ਆਏ ਨਹੀਂ ਹੈਗੇ। ਅਤੇ ਮੀਂਹ ਬਹੁਤ ਜ਼ਿਆਦਾ ਪੈ ਗਿਆ ਅਤੇ ਆਹ ਦੇਖੋ, ਉਹ ਦੇਖੋ ਮੀਂਹ ਪਈ ਜਾਂਦਾ ਸਾਹਮਣੇ, ਉੜਦੇ ਆ ਨਾ ਲਿਫਾਫੇ, ਮੀਂਹ ਬਹੁਤ ਜ਼ਿਆਦਾ ਪਈ। ਹੋਰ ਬਾਈ ਕੀ ਹਾਲ ਆ? ਇਹ ਬੰਦੇ ਆਪਣੇ ਨਵੇਂ ਆਏ ਇਹ ਕੰਮ ਵਾਲੇ ਬਾਈ, ਕਿਉਂ ਤੁਸੀਂ ਕਿਵੇਂ ਲੁਕੇ ਜੇ ਬੈਠੇ ਸੀ ਅੰਦਰ? ਤੁਸੀਂ ਠੀਕ ਆ? ਅਤੇ ਲਓ ਜੀ, ਹੁਣ ਆਪਾਂ ਇੱਧਰ ਜਾਂਦੇ ਹਾਂ ਪਲੰਬਰ ਬਾਈ ਵਰਗਿਆਂ ਕੋਲ, ਇੱਥੋਂ ਵੀ ਮੀਂਹ ਦੇਖ ਸਕਦੇ ਹੋ। ਆਹ ਦੇਖੋ ਆ ਗਏ, ਕਿਉਂ ਬਾਈ ਕੀ ਨਿਕਲੂ ਦਿਮਾਗ ਚੋਂ? ਅੱਛਾ ਠੀਕ ਆ, ਲਓ ਜੀ ਲਾਡੀ ਵੀ ਕੰਮ ਕਰ ਰਿਹਾ ਹੈ। ਕਿਉਂ ਬਾਈ ਜੀ ਅੱਜ ਫਿਰ ਤੁਸੀਂ ਮੀਂਹ 'ਚ ਕੰਮ ਚਲਾ ਰਹੇ ਹੋ ਹੈ? ਦੂਜੇ ਬਾਈਆਂ ਦਾ ਚੱਲਿਆ ਹੀ ਨਹੀਂ। ਇੱਕ ਪਲੰਬਰ ਨੂੰ ਇੱਕ ਬਹੁਤ ਸੌਖ ਹੁੰਦਾ, ਜ਼ਿਆਦਾਤਰ ਕੰਮ ਅੰਦਰ ਹੀ ਹੁੰਦਾ ਪਲੰਬਰ ਦਾ, ਹਨਾ, ਚਾਹੇ ਮੀਂਹ ਆਵੇ ਚਾਹੇ ਹਨੇਰੀ, ਹਨਾ ਬਾਈ। ਲਓ ਜੀ ਆਪਣੀ ਬਿਜਲੀ ਬੁਜਲੀ ਦਾ ਕੰਮ ਸਾਰਾ ਨਿਬੜ ਗਿਆ, ਹੁਣ ਪਲਸਤਰ ਕਰਨ ਦੀ ਤਿਆਰੀ ਆ। ਇਹ ਪਾਣੀ ਦਾ ਚਿੱਕੜ ਤਾਂ ਹੋਇਆ, ਤੁਸੀਂ ਪਿਛਲੇ ਐਪੀਸੋਡ 'ਚ ਦੇਖਿਆ ਹਨਾ, ਅਤੇ ਕੰਧਾਂ ਦਰਕ ਕਰੀ ਜਾਂਦੇ ਸੀ, ਅਤੇ ਮੀਂਹ ਪਊਗਾ ਘੱਟੋ ਘੱਟ 2-3 ਘੰਟੇ ਲਗਾਤਾਰ। ਇੱਕ ਔਖਾ ਬਹੁਤ ਹੋ ਗਿਆ ਬਾਈ, ਜਿਹੜੀਆਂ ਤੂੜੀਆਂ ਤਾੜੀਆਂ ਪਾਉਂਦੀਆਂ ਸੀ ਵਿੱਚ ਹੀ ਰਹਿ ਗਈਆਂ, ਹਨਾ। ਆਹ ਰੁੱਤ 'ਚ ਬਾਈ ਨੁਕਸਾਨ ਹੀ ਹੁੰਦਾ ਮੀਂਹ ਦਾ, ਹਨਾ। ਹਾਂਜੀ ਬਾਈ ਯਾਰ, ਕਿ ਪੈਪਾਂ ਕੱਚੀਆਂ ਕਰੀ ਜਾਂਦੇ ਆ, ਜਿਹੜੀਆਂ ਪਲੰਬਰ ਦੀਆਂ ਪੈਪਾਂ ਹੁੰਦੀਆਂ ਪਹਿਲਾਂ ਪਲਸਤਰ, ਉਹ ਕੱਚੀਆਂ ਕਰਨੀਆਂ ਪੈਂਦੀਆਂ। ਬਸ ਪਲਸਤਰ ਦੀ ਤਿਆਰੀ ਹੁਣ ਚੱਲੀ ਜਾਂਦੀ ਹੈਗੀ ਆ, ਪੈਪਾਂ ਕੱਚੀਆਂ ਕਰਕੇ, ਸਾਰੀਆਂ ਪੈਪਾਂ ਕੱਚੀਆਂ ਕਰਕੇ ਬਾਈ, ਉਦੋਂ ਬਾਅਦ ਕੀ ਕਰੋਗੇ ਤੁਸੀਂ? ਉਦੋਂ ਬਾਅਦ ਸੀਵਰੇਜ ਦੀ ਸ਼ੁਰੂ ਕਰਦੇ। ਸੀਵਰੇਜ ਕਦੋਂ ਪਾਉਂਗੇ? ਪੱਥਰ ਤੋਂ ਪਹਿਲਾਂ? ਹਾਂ ਸੱਚ, ਪੱਥਰ ਤੋਂ ਪਹਿਲਾਂ ਤਾਂ ਪੈਣੀ ਹੈ, ਪਰ ਟੈਂਕੀ ਤੋਂ ਬਾਅਦ 'ਚ, ਜੋ ਟੈਂਕੀ ਦੀ ਸਪਲਾਈ ਛੱਡਤੀ। ਠੀਕ। ਇੱਕ ਇੱਧਰ ਜਿਹੜੀ ਤੁਸੀਂ ਪਹਿਲਾਂ ਬਾਲਕੋਨੀ ਦੇਖੀ ਆ ਹਨਾ, ਪਿਛਲੇ ਐਪੀਸੋਡ ਦੇ ਵਿੱਚ ਵੀ, ਇਹਦਾ ਬਾਲਕੋਨੀ ਦਾ ਗੋਲਾ ਬਣ ਗਿਆ ਹੁਣ, ਅਤੇ ਮੂਹਰੋਂ ਗੋਲ ਬਣੂਗੀ ਇਹ, ਜਦੋਂ ਆਹ ਘਰ ਢਾਹਦਾ ਆਪਾਂ ਉਦੋਂ ਗੋਲ ਦਿਸੂ ਇਹ ਬਾਲਕੋਨੀ। ਗੋਲ ਬਾਲਕੋਨੀ ਬਹੁਤ ਸੋਹਣੀ ਲੱਗਦੀ ਹੁੰਦੀ ਆ, ਇਸ ਕਰਕੇ ਬਾਲਕੋਨੀ ਦੇ ਵਿੱਚ ਗੋਲਾ ਜ਼ਰੂਰ ਪਵਾਇਆ ਕਰੂ, ਗੋਲਾ ਪਾਉਣਾ ਬਹੁਤ ਜ਼ਰੂਰੀ ਆ ਬਾਲਕੋਨੀ 'ਚ। ਹਾਂਜੀ, ਇੱਧਰ ਸਫਾਈ ਸਫੂਈ ਕਰਤੀ ਆ, ਪੂਰੀ ਕੰਪਲੀਟ ਹੋ ਗਈ ਇੱਧਰ ਸਫਾਈ, ਠੀਕ ਹੈ ਜੀ। ਸਾਰਾ ਮਲਬਾ ਚੱਕੀ ਜਾਂਦੇ ਆਪਣੇ ਬੰਦੇ, ਅਤੇ ਇੱਧਰ ਵੀ ਬਹੁਤ ਮਲਬਾ ਖਿਲਰਿਆ ਪਿਆ ਸੀ ਪਹਿਲਾਂ ਨਾਲੋਂ, ਬਹੁਤ ਫਰਕ ਪੈ ਗਿਆ, ਹੁਣ ਝਾੜੂ ਝੜੂ ਲਾ ਦੇਣਗੇ ਬੰਦੇ ਆਪਣੇ, ਠੀਕ ਹੈ। ਇੱਧਰ ਸੀਮੈਂਟ ਪਾਈ ਜਾਂਦਾ ਲਾਡੀ, ਅਤੇ ਆਹ ਲੱਗੇ ਪਏ ਨੇ ਇੱਥੇ ਢੇਰ, ਬਹੁਤ ਵੱਡਾ ਪਿਆ ਸੀ ਮਲਬੇ ਦਾ, ਮਲਬਾ ਚੱਕਣਾ ਸੌਖਾ ਨਹੀਂ ਹੈਗਾ, ਅਤੇ ਚੱਕ ਤਾਂ ਇਹਨਾਂ ਨੇ ਬੰਦਿਆਂ ਨੇ, ਬੰਦੇ ਬਹੁਤ ਕੰਮ ਲਿਆ ਇਹ। ਅਤੇ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ, ਮਲਬਾ ਮੁਲਬਾ ਚੁਕਾਉਣਾ ਹੋਵੇ, ਕਿਸੇ ਨੇ ਵੀ ਕੋਈ ਕੰਮ ਕਰਾਉਣਾ ਹੋਵੇ ਘਰ, ਤਾਂ ਕਮੈਂਟ ਕਰ ਦਿਓ, ਤੁਹਾਨੂੰ ਬੰਦਿਆਂ ਦਾ ਨੰਬਰ ਦੇ ਦਾਂਗੇ, ਅਤੇ ਬੰਦੇ ਤੁਸੀਂ ਲਾ ਲਿਓ। ਇਹ ਹੈਗੇ ਆ ਬਠਿੰਡੇ ਏਰੀਏ ਦੇ ਬੰਦੇ ਹੀ ਆ, ਜਿੱਥੇ ਕਹੋਗੇ ਉੱਥੇ ਕੰਮ ਕਰਨ ਆ ਜਾਣਗੇ, ਠੀਕ ਹੈ ਜੀ। ਅਤੇ ਚਲੋ ਫਿਰ ਹੁਣ ਆਪਾਂ ਮਿਲੀਏ ਜੀ ਅਗਲੇ ਐਪੀਸੋਡ ਦੇ ਵਿੱਚ। ਓਕੇ ਬਾਏ।